ਮਾਤਾ ਚਿੰਤਪੁਰਨੀ ਜਾਣ ਵਾਲੀ ਸੰਗਤ ਦੇ ਲਈ ਅਹਿਮ ਖਬਰ। ਇਸ ਵਾਰ ਟਰੈਕਟਰ ਟਰਾਲੀਆਂ ਤੇ ਜਾਣ ਤੇ ਲੱਗੀ ਪਾਬੰਦੀ। ਤਾਂ ਦੱਸ ਦੇ ਕਿ ਮਾਤਾ ਚਿੰਤਪੁਰਨੀ ਜਾਣ ਵਾਲੀ ਸੰਗਤ ਦੇ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਇਸ ਵਾਰ ਟਰੈਕਟਰ ਟਰਾਲੀਆਂ ਤੇ ਜਾਣ ਤੇ ਪਾਬੰਦੀ ਲੱਗੀ ਹੈ। ਤਾਂ ਟਰੈਕਟਰ ਟਰਾਲੀਆਂ ਤੇ ਡੀਜੇ ਲਗਾਉਣ ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਤਾਂ ਟਰਾਂਸਪੋਰਟ ਵਿਭਾਗ ਦੇ ਵੱਲੋਂ ਇਹ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਤੇ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਤਾਂ ਦੱਸ ਦਈਏ ਕਿ ਮਾਤਾ ਚਿੰਤਪੁਰਨੀ ਜੀ ਦਾ ਪਵਿੱਤਰ ਮੇਲਾ ਜੋ ਕਿ 5 ਤੋਂ 14 ਅਗਸਤ ਤੱਕ ਬੜੀ ਸ਼ਰਧਾ ਤੇ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ, ਤਾਂ ਉਸੇ ਨੂੰ ਮੱਦੇਨਜ਼ਰ ਜ਼ਿਲ੍ਹੇ ਦੇ ਵਿੱਚ ਮਾਤਾ ਚਿੰਤਪੁਰਨੀ ਦੇ ਮੇਲੇ ਦੇ ਵਿੱਚ ਭਾਰ ਢੋਣ ਵਾਲੇ ਟਰੈਕਟਰ ਟਰਾਲੀਆਂ ਦੇ ਵਿੱਚ ਜਾਣ ਤੇ ਉਹਨਾਂ ਦੇ ਉੱਤੇ ਡੀਜੇ ਤੇ ਸਪੀਕਰ ਲਗਾ ਕੇ ਜਾਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ, ਤਾਂ ਜੋ ਮੇਲੇ ਨੂੰ ਵਧੀਆ ਤਰੀਕੇ ਦੇ ਨਾਲ ਮਨਾਇਆ ਜਾ ਸਕੇ। ਤਾਂ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਨੇ ਇਸ ਸੰਬੰਧੀ ਦੱਸਿਆ ਕਿ ਆਮ ਤੌਰ ਤੇ ਦੇਖਣ ਵਿੱਚ ਆਉਂਦਾ ਹੈ ਕਿ ਬਹੁਤ ਸਾਰੇ ਸ਼ਰਧਾਲੂ ਟਰੈਕਟਰ ਟਰਾਲੀਆਂ ਓਵਰਲੋਡ ਭਰ ਕੇ ਇੱਥੇ ਮੇਲਾ ਵੇਖਣ ਆਉਂਦੇ ਨੇ। ਤਾਂ ਸ਼ਰਧਾਲੂ ਕੇਵਲ ਗੱਡੀਆਂ ਦੇ ਵਿੱਚ ਬੈਠ ਕੇ ਨਹੀਂ ਆਉਂਦੇ, ਬਲਕਿ ਟਰੱਕਾਂ ਦੇ ਵਿੱਚ ਫੱਟੇ ਲਗਾ ਕੇ ਟਰੱਕਾਂ ਨੂੰ ਡਬਲ ਡੈਕਰ ਬਣਾ ਕੇ ਉਹ ਸਫ਼ਰ ਕਰਦੇ ਨੇ। ਤਾਂ ਇਸ ਤਰ੍ਹਾਂ ਸਫ਼ਰ ਕਰਨਾ ਗੈਰ ਕਾਨੂੰਨੀ ਹੁੰਦਾ ਹੈ, ਤਾਂ ਉੱਥੇ ਹੀ ਐਕਸੀਡੈਂਟ ਹੋਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਤਾਂ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਦੇ ਲਈ ਇਹ ਵੱਡਾ ਫੈਸਲਾ ਲਿਆ ਗਿਆ। ਤਾਂ ਦੱਸ ਦਈਏ ਕਿ ਫਰੀਦਕੋਟ ਦੇ ਵਿੱਚ ਇਹ ਨਵੀਆਂ ਹਦਾਇਤਾਂ ਜਾਰੀ ਹੋਈਆਂ ਨੇ, ਜਿੱਥੇ ਟਰੈਕਟਰ ਟਰਾਲੀਆਂ ਦੇ ਉੱਤੇ ਪੂਰਨ ਤੌਰ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਉਹਨਾਂ 'ਤੇ ਡੀਜੇ ਲਗਾਉਣ 'ਤੇ ਵੀ ਇਹ ਪਾਬੰਦੀ ਲੱਗੀ ਹੈ। ਇਹ ਜਿਹੜੀ ਸਾਨੂੰ ਲੈਟਰ ਆਈ ਆ RTO ਆਪਣੇ ਹੁਸ਼ਿਆਰਪੁਰ ਤੋਂ, ਜਿਹੜਾ ਚਿੰਤਪੁਰਨੀ ਮੇਲਾ ਲੱਗ ਰਿਹਾ 5-8 ਤੋਂ ਲੈ ਕੇ 14-8, ਉਹਦੇ ਸੰਬੰਧ 'ਚ ਆਈ ਹੈ। ਇਹਦੇ ਵਿੱਚ ਹਦਾਇਤਾਂ ਕੀਤੀਆਂ, ਕੋਈ ਵੀ ਕਿਸੇ ਜ਼ਿਲ੍ਹੇ 'ਚੋਂ ਓਵਰਲੋਡਡ ਟਰਾਲੀਆਂ ਬੱਸ ਟਰੱਕ ਨਾ ਜਾਣ, ਅਤੇ ਨਾ ਹੀ ਇਹਨਾਂ 'ਚ DJ ਵਗੈਰਾ ਹੋਣੇ ਚਾਹੀਦੇ ਆ। ਇਸ ਸੰਬੰਧ ਵਿੱਚ ਸਾਡੇ ਵੱਲੋਂ ਮਾਣਯੋਗ SSP ਨੂੰ ਲਿਖਿਆ ਗਿਆ ਹੈ, ਅਗਰ ਕੋਈ ਇੱਦਾਂ ਦਾ ਵਹੀਕਲ ਆਪਾਂ ਨੂੰ ਟਰੇਸ ਹੁੰਦਾ ਹੈ ਤਾਂ ਉਹਨਾਂ ਦੇ ਚਲਾਨ ਕੀਤੇ ਜਾਣ। ਨਹੀਂ, ਇਸ ਸੰਬੰਧ 'ਚ ਅਸੀਂ DPRO ਨੂੰ ਅਤੇ ਸਾਡੇ ਵੱਲੋਂ ਸਪੈਸ਼ਲ ਚੈਕਿੰਗ ਕਰਕੇ ਅਗਰ ਸਾਨੂੰ ਮਿਲਦਾ ਕੋਈ DJ ਲੱਗਿਆ ਤਾਂ ਉਹਨਾਂ ਦੇ ਚਲਾਨ ਕੀਤੇ ਜਾਣ। ਮਾਤਾ ਚਿੰਤਪੁਰਨੀ ਜਾਣ ਵਾਲੀ ਸੰਗਤ ਦੇ ਲਈ ਅਹਿਮ ਖਬਰ। ਇਸ ਵਾਰ ਟਰੈਕਟਰ ਟਰਾਲੀਆਂ ਤੇ ਜਾਣ ਤੇ ਲੱਗੀ ਪਾਬੰਦੀ। ਤਾਂ ਦੱਸ ਦਈਏ ਕਿ ਮਾਤਾ ਚਿੰਤਪੁਰਨੀ ਜਾਣ ਵਾਲੀ ਸੰਗਤ ਦੇ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਇਸ ਵਾਰ ਟਰੈਕਟਰ ਟਰਾਲੀਆਂ ਤੇ ਜਾਣ ਤੇ ਪਾਬੰਦੀ ਲੱਗੀ ਹੈ। ਤਾਂ ਟਰੈਕਟਰ ਟਰਾਲੀਆਂ ਤੇ ਡੀਜੇ ਲਗਾਉਣ ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਤਾਂ ਟਰਾਂਸਪੋਰਟ ਵਿਭਾਗ ਦੇ ਵੱਲੋਂ ਇਹ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਤੇ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਤਾਂ ਦੱਸ ਦਈਏ ਕਿ ਮਾਤਾ ਚਿੰਤਪੁਰਨੀ ਜੀ ਦਾ ਪਵਿੱਤਰ ਮੇਲਾ ਜੋ ਕਿ 5 ਤੋਂ 14 ਅਗਸਤ ਤੱਕ ਬੜੀ ਸ਼ਰਧਾ ਤੇ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ, ਤਾਂ ਉਸੇ ਨੂੰ ਮੱਦੇਨਜ਼ਰ ਜ਼ਿਲ੍ਹੇ ਦੇ ਵਿੱਚ ਮਾਤਾ ਚਿੰਤਪੁਰਨੀ ਦੇ ਮੇਲੇ ਦੇ ਵਿੱਚ ਭਾਰ ਢੋਣ ਵਾਲੇ ਟਰੈਕਟਰ ਟਰਾਲੀਆਂ ਦੇ ਵਿੱਚ ਜਾਣ ਤੇ ਉਹਨਾਂ ਦੇ ਉੱਤੇ DJ ਤੇ ਸਪੀਕਰ ਲਗਾ ਕੇ ਜਾਣ ਤੇ ਪੂਰਨ ਤੌਰ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ, ਤਾਂ ਜੋ ਮੇਲੇ ਨੂੰ ਵਧੀਆ ਤਰੀਕੇ ਦੇ ਨਾਲ ਮਨਾਇਆ ਜਾ ਸਕੇ। ਤਾਂ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਨੇ ਇਸ ਸੰਬੰਧੀ ਦੱਸਿਆ ਕਿ ਆਮ ਤੌਰ 'ਤੇ ਦੇਖਣ ਵਿੱਚ ਆਉਂਦਾ ਹੈ ਕਿ ਬਹੁਤ ਸਾਰੇ ਸ਼ਰਧਾਲੂ ਟਰੈਕਟਰ ਟਰਾਲੀਆਂ ਓਵਰਲੋਡ ਭਰ ਕੇ ਇੱਥੇ ਮੇਲਾ ਵੇਖਣ ਆਉਂਦੇ ਨੇ। ਤਾਂ ਸ਼ਰਧਾਲੂ ਕੇਵਲ ਗੱਡੀਆਂ ਦੇ ਵਿੱਚ ਬੈਠ ਕੇ ਨਹੀਂ ਆਉਂਦੇ, ਬਲਕਿ ਟਰੱਕਾਂ ਦੇ ਵਿੱਚ ਫੱਟੇ ਲਗਾ ਕੇ ਟਰੱਕਾਂ ਨੂੰ ਡਬਲ ਡੈਕਰ ਬਣਾ ਕੇ ਉਹ ਸਫ਼ਰ ਕਰਦੇ ਨੇ। ਤਾਂ ਇਸ ਤਰ੍ਹਾਂ ਸਫ਼ਰ ਕਰਨਾ ਗੈਰ ਕਾਨੂੰਨੀ ਹੁੰਦਾ ਹੈ, ਤਾਂ ਉੱਥੇ ਹੀ ਐਕਸੀਡੈਂਟ ਹੋਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਤਾਂ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਦੇ ਲਈ ਇਹ ਵੱਡਾ ਫੈਸਲਾ ਲਿਆ ਗਿਆ।
ਤਾਂ ਦੱਸ ਦਈਏ ਕਿ ਫਰੀਦਕੋਟ ਦੇ ਵਿੱਚ ਨਵੀਆਂ ਹਦਾਇਤਾਂ ਜਾਰੀ ਹੋਈਆਂ ਨੇ, ਜਿੱਥੇ ਟਰੈਕਟਰ ਟਰਾਲੀਆਂ ਦੇ ਉੱਤੇ ਪੂਰਨ ਤੌਰ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਉਹਨਾਂ 'ਤੇ ਡੀਜ਼ਲ ਲਗਾਉਣ 'ਤੇ ਵੀ ਇਹ ਪਾਬੰਦੀ ਲੱਗੀ ਹੈ। ਇਹ ਜਿਹੜੀ ਸਾਨੂੰ ਲੈਟਰ ਆਈ ਆਰ ਟੀ ਓ ਆਪਣੇ ਹੁਸ਼ਿਆਰਪੁਰ ਤੋਂ, ਜਿਹੜਾ ਚਿੰਤਪੁਰਨੀ ਮੇਲਾ ਲੱਗ ਰਿਹਾ 5-8 ਤੋਂ ਲੈ ਕੇ 14-8, ਉਹਦੇ ਸੰਬੰਧ 'ਚ ਆਈ ਹੈ। ਇਹਦੇ ਵਿੱਚ ਹਦਾਇਤਾਂ ਕੀਤੀਆਂ, ਕੋਈ ਵੀ ਕਿਸੇ ਜ਼ਿਲ੍ਹੇ 'ਚੋਂ ਓਵਰਲੋਡਡ ਟਰਾਲੀਆਂ ਬੱਸ ਟਰੱਕ ਨਾ ਜਾਣ, ਅਤੇ ਨਾ ਹੀ ਇਹਨਾਂ 'ਚ ਡੀ ਜੇ ਵਗੈਰਾ ਹੋਣੇ ਚਾਹੀਦੇ ਆ। ਇਸ ਸੰਬੰਧ ਵਿੱਚ ਸਾਡੇ ਵੱਲੋਂ ਮਾਣਯੋਗ ਐਸ ਐਸ ਪੀ ਨੂੰ ਲਿਖਿਆ ਗਿਆ, ਅਗਰ ਕੋਈ ਇੱਦਾਂ ਦਾ ਵਹੀਕਲ ਆਪਾਂ ਨੂੰ ਟਰੇਸ ਹੁੰਦਾ ਹੈ ਤਾਂ ਉਹਨਾਂ ਦੇ ਚਲਾਨ ਕੀਤੇ ਜਾਣ। ਨਹੀਂ, ਇਸ ਸੰਬੰਧ ਵਿੱਚ ਅਸੀਂ ਡੀ ਪੀ ਆਰ ਓ ਨੂੰ ਅਤੇ ਸਾਡੇ ਵੱਲੋਂ ਸਪੈਸ਼ਲ ਚੈਕਿੰਗ ਕਰਕੇ ਅਗਰ ਸਾਨੂੰ ਮਿਲਦਾ ਕੋਈ ਡੀ ਜੇ ਲੱਗਿਆ ਤਾਂ ਉਹਨਾਂ ਦੇ ਚਲਾਨ ਕੀਤੇ ਜਾਣਗੇ।